ਸਤਿ ਸ਼੍ਰੀ ਅਕਾਲ ਦੋਸਤੋ, ਪੀਪੀ ਤੇਰਾ ਪ੍ਰੋਡਕਸ਼ਨ ਤੁਹਾਡੇ ਸਭ ਦਾ ਸਵਾਗਤ ਹੈ ਦੋਸਤੋ। ਆਪਾਂ ਇੱਕ ਥੋੜ੍ਹੀ ਜਿਹੀ ਨਵੀਂ ਲੁੱਕ ਦੇ ਵਿੱਚ ਟਾਰ ਬਣ ਬੰਨੀ ਹੋਈ ਨਾ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੀ ਵੀਡੀਓ ਸਪੈਸ਼ਲ ਹੈ, ਬਹੁਤ ਜ਼ਿਆਦਾ ਡਿਮਾਂਡਿੰਗ ਸੀ ਕਿ ਬਾਈ 1.5 ਲੱਖ ਦੇ ਅਰਾਊਂਡ ਹੈ ਨਾ, ਜੇ 1.5 ਲੱਖ ਤੋਂ ਘੱਟ ਗੱਡੀਆਂ ਹੋ ਜਾਣ ਦਾ ਸਵਾਦ ਆ ਜਾਊਗਾ। ਇੰਨੇ ਕੁ ਜ਼ਿਆਦਾ ਕਮੈਂਟ ਆਏ ਨੇ ਇਸ ਪ੍ਰਾਈਜ਼ ਨੂੰ ਲੈ ਕੇ, 1.5 ਲੱਖ ਤੋਂ ਘੱਟ, 1.5 ਲੱਖ ਦੇ ਅਰਾਊਂਡ ਲਗਾ ਲਓ ਹੈ ਨਾ। ਸੋਚਿਆ ਯਾਰ ਵੀਡੀਓ ਬਣਾਉਣੀ ਚਾਹੀਦੀ, ਜਦੋਂ ਆਪਣੇ ਸਬਸਕ੍ਰਾਈਬ ਡਿਮਾਂਡ ਕਰ ਰਹੇ ਤਾਂ ਮੇਰਾ ਹੱਕ ਬਣਦਾ ਕਰਨ ਦਾ। ਸੋ ਜੇ ਤੁਸੀਂ ਆਪਣੇ ਚੈਨਲ 'ਤੇ ਨਵੇਂ ਹੋ ਤਾਂ ਨੀਚੇ 11 ਦਾ ਸਬਸਕ੍ਰਾਈਬ ਬਟਨ ਦਿਖ ਰਿਹਾ ਹੋਊਗਾ ਨਾ ਵੀਡੀਓ ਦੇ ਨੀਚੇ। ਜੇ ਤੁਸੀਂ ਉਹਦੇ ਕਦੇ ਕਲਿੱਕ ਨਹੀਂ ਕੀਤਾ ਤਾਂ ਕਲਿੱਕ ਕਰਕੇ ਸਾਡੇ ਨਾਲ ਜੋੜੋ। ਆਪਾਂ ਕਰਦੇ ਹਾਂ ਵੀਡੀਓ ਸਟਾਰਟ। ਜੋ ਸਭ ਤੋਂ ਪਹਿਲਾਂ ਤਾਂ ਜੀਪ ਦੀ ਵੀ ਆਪਣੇ ਕੋਲ ਡਿਮਾਂਡ ਸੀ, ਸਪੈਸ਼ਲ ਜੀਪ ਲੱਭੀ ਤੁਹਾਡੇ ਵਾਸਤੇ। ਸੋ ਜੀਪ ਦਿਖਾ ਦਿੰਦਾ ਜੀ ਮੈਂ, ਮਹਿੰਦਰਾ ਜੀ ਜੀਪ ਹੈ ਦੋਸਤੋ, 1992 ਮਾਡਲ ਹੈ ਜੀ, ਹੈ ਨਾ। ਡੀਜ਼ਲ ਦੀ ਗੱਡੀ ਹੈ, ਸੈਕਿੰਡ ਓਨਰ ਹੈ, ਠੀਕ ਹੈ ਜੀ। ਸਮਾਣੇ ਸ਼ਹਿਰ ਦੇ ਵਿੱਚ ਗੱਡੀ ਖੜ੍ਹੀ ਹੈ। ਜੀਪ ਨੂੰ ਚੰਗੀ ਤਰ੍ਹਾਂ ਦੇਖ ਲਓ ਨਾ, ਅੰਦਰੋਂ ਬਾਹਰੋਂ ਸਾਈਡਾਂ, ਹੈ ਨਾ। ਮਤਲਬ ਕੰਡੀਸ਼ਨ ਵੀ ਬਹੁਤ ਜ਼ਿਆਦਾ ਵਧੀਆ, ਸੈਕਿੰਡ ਓਨਰ ਹੈ, ਵਧੀਆ ਗੱਡੀ ਦੇ ਟਾਇਰ ਪਏ ਨੇ। ਸੋ ਇਹਦੇ ਆਪਾਂ ਜੇ ਰੇਟ ਦੀ ਗੱਲ ਕਰੀਏ ਜੀ, 1,60,000 ਰੁਪਇਆ ਡਿਮਾਂਡ ਹੈ। ਪਰਸਨਲ ਗੱਡੀ ਹੈ, ਪੰਜਾਬ ਨੰਬਰ ਗੱਡੀ ਹੈ, ਕਿਸੇ ਦੇ ਘਰ ਖੜ੍ਹੀ ਹੋਈ ਗੱਡੀ ਹੈ। ਆਪਣੇ ਮੋਸਟਲੀ ਵੀਡੀਓ ਵਿੱਚ ਜਿੰਨੀਆਂ ਵੀ ਗੱਡੀਆਂ ਆਪਾਂ ਦਿਖਾਵਾਂਗੇ ਜੀ, ਪਰਸਨਲ ਗੱਡੀਆਂ ਹੋਣਗੀਆਂ, ਪੰਜਾਬ ਨੰਬਰ ਹੋਣਗੀਆਂ, ਘਰ ਖੜ੍ਹੀਆਂ ਗੱਡੀਆਂ ਨੇ, ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਫੇਕ ਕੰਮ ਨਾ ਮਿਲੇ। ਹਾਂਜੀ ਦੋਸਤੋ, ਗੱਡੀ ਤੁਸੀਂ ਦੇਖ ਲਓ, ਮਹਿੰਦਰਾ ਦੀ ਜੀਪ ਸੀ, ਹੈ ਨਾ। ਮੋਬਾਈਲ ਨੰਬਰ ਨੋਟ ਕਰੋ ਜੀ ਇਹਨਾਂ ਦਾ, 82888 ਜੀ, 09308। ਸਮਾਣੇ ਸ਼ਹਿਰ ਦੇ ਵਿੱਚ ਗੱਡੀ ਹੈ, ਮਹਿੰਦਰਾ ਜੀਪ ਵਾਲੇ। ਹਾਂਜੀ, ਫੋਟੋ ਮੈਂ ਤਾਂ ਕਰਕੇ ਲਗਾ ਰਿਹਾ ਜੀਪ ਦੀ, ਇੱਕ ਬਾਈ ਦੀ ਡਿਮਾਂਡ ਸੀ ਕਿ ਬਾਈ ਭੁਲੇਖਾ ਪੈ ਜਾਂਦਾ ਤੁਸੀਂ ਕਿਹੜੀ ਗੱਡੀ ਦਾ ਨੰਬਰ ਦੱਸ ਰਹੇ, ਤਾਂ ਕਰਕੇ ਮੈਂ ਜੀਪ ਸ਼ੋਅ ਕਰ ਦਿੱਤੀ ਜੀ। ਸੋ ਨੈਕਸਟ ਗੱਡੀ ਬਾਅਦ ਚੱਲਦੇ ਹਾਂ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਆਲਟੋ 800 ਆਈ, 2019 ਮਾਡਲ ਦੋਸਤੋ, LXi ਪੈਟਰੋਲ ਦੀ ਗੱਡੀ ਹੈ, ਫਸਟ ਓਨਰ ਲੁਧਿਆਣੇ ਗੱਡੀ ਖੜ੍ਹੀ ਹੈ ਨਾ। ਸੋ ਅਲਟੋ ਨੂੰ ਚੰਗੀ ਤਰ੍ਹਾਂ, ਮਤਲਬ ਨਵੀਂ ਗੱਡੀ ਹੈ ਜੀ, ਹੈ ਨਾ। ਇਹਦੇ ਬਾਰੇ ਮੈਂ ਥੋੜ੍ਹੀ ਤੁਹਾਨੂੰ ਡੂੰਘੀ ਜਾਣਕਾਰੀ ਦਊਂਗਾ ਗੱਡੀ ਬਾਰੇ। ਅਲਟੋ 800 2019 ਮਾਡਲ ਸੀਗੀ ਜੀ, LXi ਪੈਟਰੋਲ ਆ, ਫਸਟ ਓਨਰ ਲੁਧਿਆਣੇ ਗੱਡੀ ਖੜ੍ਹੀ ਹੈ ਦੋਸਤੋ। ਇਹ ਗੱਡੀ ਹੈਗੀ ਸੀ ਲੋਨ 'ਤੇ, 33 ਕਿਸ਼ਤਾਂ ਹੀ ਗੱਡੀ ਦੀਆਂ ਪੈਂਡਿੰਗ ਨੇ। ਸੋ ਕਿਸ਼ਤ ਦੀ ਅਮਾਊਂਟ ਹੈਗੀ ਜੀ 6,600 ਰੁਪਈਆ। ਹਾਂਜੀ, 6,600 ਰੁਪਏ ਕਿਸ਼ਤ ਹੈ, 33 ਕਿਸ਼ਤਾਂ ਪੈਂਡਿੰਗ ਨੇ, ਬਾਕੀ ਬੰਦੇ ਨੇ, ਬਾਈ ਨੇ ਆਪਣੇ ਨੇ ਭਰੀ ਹੋਈਆਂ ਨੇ। ਪੰਜਾਬ ਨੰਬਰ ਗੱਡੀ ਹੈ, ਨਵੀਂ ਗੱਡੀ ਹੈ ਦੋਸਤੋ, ਹੈ ਨਾ। ਸੋ ਇਹਨਾਂ ਦਾ ਮੋਬਾਈਲ ਨੰਬਰ ਨੋਟ ਕਰੋ ਜੀ, 73472779 72। ਸਕਰੀਨ 'ਤੇ ਤੁਹਾਨੂੰ ਸਾਰੀ ਡਿਟੇਲ ਵਿਦ ਗੱਡੀ ਅੱਜ ਮਿਲ ਰਹੀ ਆ, ਕੁਛ ਅਲੱਗ ਕਰਨ ਦੀ ਕੋਸ਼ਿਸ਼ ਕਰੀ ਹੈ। ਸੋ ਇਹਨਾਂ ਦੀ ਡਿਮਾਂਡ ਹੈਗੀ ਜੀ 1,30,000 ਰੁਪਏ ਡਿਮਾਂਡ ਇਹਨਾਂ ਦੀ। ਫਿਕਸ ਪ੍ਰਾਈਜ਼ ਆਪਣੀ ਵੀਡੀਓ ਦੇ ਵਿੱਚ ਕੋਈ ਵੀ ਨਹੀਂ ਹੁੰਦਾ, ਨੈਗੋਸ਼ੀਏਬਲ ਹੋ ਜਾਂਦੇ ਨੇ। PB13 ਪ੍ਰੋਡਕਸ਼ਨ ਦਾ ਨਾਮ ਲੈ ਦਿਆ ਕਰੋ, ਡਿਸਕਾਊਂਟ ਵੀ ਮਿਲ ਜਾਇਆ ਕਰੋ। ਸੋ ਚੱਲਦੇ ਨੈਕਸਟ ਗੱਡੀ ਵੱਲ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਗੱਡੀ, ਫੋਰਡ ਫਿਸਟਾ ਗੱਡੀ ਹੈ ਜੀ। ਇਸ ਤੋਂ ਬਾਅਦ ਆਪਣੇ ਕੋਲ ਹੈ ਨਾ 2006 ਮਾਡਲ ਆਈ, ਫੋਰਸਫਿਟ ਦਾ ZDAI ZXi, ਠੀਕ ਹੈ ਜੀ। ਡੀਜ਼ਲ ਦੀ ਗੱਡੀ ਹੈ, ਸੈਕਿੰਡ ਓਨਰ ਹੈ ਦੋਸਤੋ। ਇਹ ਵੀ ਦੋਸਤੋ ਲੁਧਿਆਣੇ ਗੱਡੀ ਖੜ੍ਹੀ ਹੈ, ਗੱਡੀ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ, ਹੈ ਨਾ। ਸੋ ਸੈਕਿੰਡ ਓਨਰ ਗੱਡੀ ਸੀ ਇਹ, ਜੋ ਤੁਹਾਨੂੰ ਦੇਖੀ ਆ, ਫੋਰਡ ਫਿਸਟਾ ਦੀ ਲੁਧਿਆਣੇ ਖੜ੍ਹੀ ਸੀ। 1,10,000 ਰੁਪਇਆ ਜੋ ਇਹ ਮਾਲਕ ਨੇ ਉਹਨਾਂ ਦੀ ਡਿਮਾਂਡ ਹੈ। ਸੋ ਮੋਬਾਈਲ ਨੰਬਰ ਨੋਟ ਕਰੋ ਜੀ ਇਹਨਾਂ ਦਾ, 88 729 64 46। ਹਾਂਜੀ, ਜਿਹਨਾਂ ਨੇ ਇਹ ਫੋਰਡ ਫਿਸਟਾ ਗੱਡੀ ਖਰੀਦਣੀ ਹੋਵੇ ਤਾਂ ਕੰਟੈਕਟ ਕਰ ਲਿਓ। ਸੋ ਦੋਸਤੋ, ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਅਲਟੋ ਗੱਡੀ। ਅਲਟੋ ਤਾਂ 2009 ਮਾਡਲ ਹੈ ਜੀ, ਪੈਟਰੋਲ ਦੀ ਗੱਡੀ ਆ, ਥਰਡ ਓਨਰ ਹੈ, ਠੀਕ ਹੈ ਜੀ। ਕੰਡੀਸ਼ਨ ਤੁਹਾਡੇ ਸਾਹਮਣੇ ਆ। ਸੋ ਇਹ ਜੀ ਸੈਨਪੁਰ ਏਰੀਆ ਕੋਈ, ਉੱਥੇ ਇਹ ਗੱਡੀ ਖੜ੍ਹੀ ਹੈ। ਇਹਨਾਂ ਦੀ ਰੇਟ ਦੀ ਡਿਮਾਂਡ ਹੈਗੀ ਜੀ 1,00,000 ਦੋਸਤੋ। ਗੱਡੀ ਤੁਸੀਂ ਦੇਖ ਲਿਆ ਨਾ, ਮੋਬਾਈਲ ਨੰਬਰ ਨੋਟ ਕਰੋ ਜੀ ਅਲਟੋ ਵਾਲਾ ਦਾ, 80554 ਜੀ 47919। ਹਾਂਜੀ, ਜੇ ਕਿਸੇ ਨੇ ਮੇਰੇ ਵੀਰ ਨੇ ਅਲਟੋ 2009 ਮਾਡਲ ਖਰੀਦੇ ਨੇ ਤਾਂ ਕੰਟੈਕਟ ਕਰ ਲਿਓ। ਇਸ ਤੋਂ ਬਾਅਦ ਆਪਣੇ ਕੋਲ ਗੱਡੀ ਹੈਗੀ ਜੀ ਏਸੈਂਟ ਗੱਡੀ ਹੈ, 2005 ਮਾਡਲ ਹੈ ਜੀ, ਠੀਕ ਹੈ ਜੀ। ਸੋ ਨਵਾਂ ਸ਼ਹਿਰ ਗੱਡੀ ਇਹ ਖੜ੍ਹੀ ਹੈ, ਹੈ ਨਾ, 2005 ਮਾਡਲ ਏਸੈਂਟ। ਗੱਡੀ ਦੀ ਕੰਡੀਸ਼ਨ ਦੇਖ ਲਓ, ਟਾਇਰ ਇਹਦੇ ਨਵੇਂ ਪਏ ਨੇ ਬਿਲਕੁਲ ਹੀ। ਸੋ ਇਹਨਾਂ ਦੀ ਡਿਮਾਂਡ ਹੈਗੀ ਜੀ ਏਸੈਂਟ ਵਾਲਿਆਂ ਦੀ, 80,000 ਰੁਪਇਆ ਡਿਮਾਂਡ ਹੈ ਗੱਡੀ ਦੀ। ਗੱਡੀ ਨੂੰ ਚੰਗੀ ਤਰ੍ਹਾਂ ਵਿਊ ਚੈੱਕ ਕਰ ਲਓ, ਅੰਦਰੋਂ ਬਾਹਰੋਂ ਸਾਈਡਾਂ ਤੋਂ, ਹੈ ਨਾ। ਸੋ ਏਸੈਂਟ 2005 ਮਾਡਲ, 80,000 ਰੁਪਇਆ ਡਿਮਾਂਡ ਹੈ। ਮੋਬਾਈਲ ਨੰਬਰ ਨੋਟ ਕਰੋ ਜੀ ਇਹਦਾ, 81948 ਜੀ 25098। ਹਾਂਜੀ, ਇਹਨਾਂ ਦਾ ਕੰਟੈਕਟ ਨੰਬਰ ਜੀ, ਕਿਸੇ ਨੇ ਏਸੈਂਟ ਗੱਡੀ ਖਰੀਦਣੀ ਹੋਵੇ ਤਾਂ ਕੰਟੈਕਟ ਕਰ ਲਿਓ ਮੇਰੇ ਵੀਰ ਇਹਨਾਂ ਦੇ ਨਾਲ। ਸੋ ਆਪਾਂ ਚੱਲਦੇ ਹਾਂ ਨੈਕਸਟ ਗੱਡੀ ਵੱਲ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਸਕੌਡਾ ਦੀ ਹੈ ਜੀ, ਅਪਟਰਾ ਗੱਡੀ ਹੈ ਨਾ। ਕੰਡੀਸ਼ਨ ਤੁਹਾਡੇ ਸਾਹਮਣੇ, ਬਲੈਕ ਕਲਰ ਦੇ ਵਿੱਚ ਹੈ, ਪੰਜਾਬ ਨੰਬਰ ਹੈ। ਪਰਸਨਲ ਗੱਡੀ ਕਿਸੇ ਦੇ ਘਰੇ ਵਾਲੇ ਗੱਡੀਆਂ 'ਚ ਮਿਲਣਗੀਆਂ, ਜਿੰਨੀ ਵੀ ਆਪਣੇ ਯਾਰ ਵੀਡੀਓ ਦੇ ਵਿੱਚ ਹੁੰਦੀਆਂ ਨੇ ਸਾਰੀਆਂ ਪਰਸਨਲ ਗੱਡੀਆਂ ਆਉਣਗੀਆਂ। ਸਕੌਡਾ ਦੀ ਐਕਟਿਵਾ ਗੱਡੀ ਹੈ ਜੀ, ਹੈ ਨਾ। ਸੋ 2006 ਮਾਡਲ ਦੀ ਡੀਜ਼ਲ ਦੀ ਗੱਡੀ ਹੈ, ਸੈਕਿੰਡ ਓਨਰ ਹੈ, ਰਾਜਪੁਰੇ ਗੱਡੀ ਖੜ੍ਹੀ ਹੈ। ਫਲਾਏ ਗੱਡੀ ਦੇ ਪਏ ਨੇ, ਨਵੇਂ ਗੱਡੀ ਦੇ ਟਾਇਰ ਪਏ ਨੇ। ਸੋ ਕੰਡੀਸ਼ਨ ਤੁਹਾਡੇ ਸਾਹਮਣੇ ਦੀ, ਹੈ ਨਾ, ਜੀ ਗੱਡੀ ਦੀ। ਸੋ ਇਹਨਾਂ ਦੀ ਕੰਡੀਸ਼ਨ ਤੁਸੀਂ ਦੇਖ ਲੈਣਾ, ਇਹਨਾਂ ਦੇ ਰੇਟ ਦੀ ਡਿਮਾਂਡ ਹੈਗੀ ਜੀ ਸਕੌਡਾ ਦੀ, ਹੈ ਨਾ, ਆਪਟੇ ਵਾਲਿਆਂ ਦੀ, 1,45,000 ਰੁਪਏ ਗੱਡੀ ਦੀ ਡਿਮਾਂਡ ਹੈ ਜੀ।
ਡੀਜ਼ਲ ਦੀ ਗੱਡੀ ਸੀਗੀ, ਮੋਬਾਈਲ ਨੰਬਰ ਨੋਟ ਕਰੋ ਜੀ, 90 563 ਜੀ 56 508 ਜੀ। ਜਿਹਨਾਂ ਨੇ ਸਕੋਡਾ ਗੱਡੀ ਖਰੀਦਣੀ ਹੋਵੇ ਤਾਂ ਇਹਨਾਂ ਕੰਟੈਕਟ ਕਰ ਲਿਓ। ਚਲਦੇ ਹਾਂ ਨੈਕਸਟ ਗੱਡੀ ਵੱਲ। ਇਸ ਤੋਂ ਬਾਅਦ ਆਪਣੇ ਕੋਲ ਕੀ ਸਕੋਡਾ ਰੈਪਿਡ ਗੱਡੀ ਹੈ, 2012 ਮਾਡਲ ਜੀ, 2013 ਦੇ ਵਿੱਚ ਰਜਿਸਟ੍ਰੇਸ਼ਨ ਹੋਈ ਹੈ ਗੱਡੀ ਦੀ। ਸੈਕਿੰਡ ਓਨਰ ਹੈ ਜੀ, ਭਿੱਖੀ ਗੱਡੀ ਖੜ੍ਹੀ ਹੈ, ਇਹਨਾਂ ਦੀ ਡਿਮਾਂਡ ਹੈਗੀ ਦੋਸਤੋ ਥੋੜ੍ਹਾ ਰੇਟ ਹਾਈ ਹੈ ਦਾ 4 ਨੰਬਰ ਕਰਕੇ। ਸੋ ਸੈਕਿੰਡ ਓਨਰ ਦੀ ਤਾਂ ਕਰਕੇ 3,15,000 ਰੁਪਏ ਡਿਮਾਂਡ ਹੈ, ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਇਹਨਾਂ ਦਾ ਨਾ। ਸੋ ਉਹਨਾਂ ਦੀ ਟੇਬਲ ਕੱਟ ਜਾਊਗਾ, ਕੋਈ ਵੱਡੀ ਗੱਲ ਨਹੀਂ ਹੁੰਦੀ। ਸੋ ਮੋਬਾਈਲ ਨੰਬਰ ਨੋਟ ਕਰੋ ਜੀ, ਸਕੋਡਾ ਰੈਪਿਡ 99 143 ਜੀ 75 793 ਹੈ ਨਾ। ਜਿਹਨਾਂ ਨੇ ਸਕੋਡਾ ਗੱਡੀ ਖਰੀਦੀ ਹੋਵੇ ਕੰਟੈਕਟ ਕਰ ਲਓ ਇਹਨਾਂ ਨਾਲ। ਇਸ ਤੋਂ ਬਾਅਦ ਚੱਲਦੇ ਆਪਾਂ ਸ਼ੈਵਲਟ ਦੀ ਟਵੈਰਾ ਗੱਡੀ ਹੈਗੀ ਜੀ, ਪੰਜਾਬ ਨੰਬਰ ਗੱਡੀ ਹੈ, ਪਰ ਵਧੀਆ ਗੱਡੀ ਹੈ, ਕਿਸੇ ਦੇ ਘਰੇ ਖੜੀ ਹੈ, ਪਰਸਨਲ ਗੱਡੀ ਹੈ। ਸੈਕਿੰਡ ਓਨਰ ਹੈ ਜੀ, 2 ਲੱਖ ਰੁਪਏ ਗੱਡੀ ਦੀ ਡਿਮਾਂਡ ਹੈ ਜੀ, ਡੀਜ਼ਲ ਦੀ ਗੱਡੀ ਜੀ, ਬਰਨਾਲਾ ਸ਼ਹਿਰ ਦੇ ਵਿੱਚ ਖੜੀ ਹੈ ਗੱਡੀ। ਸੋ ਚੰਗੀ ਤਰ੍ਹਾਂ ਜ਼ਰੂਰ ਚੈੱਕ ਕਰ ਲਓ ਅੰਦਰੋਂ ਬਾਹਰੋਂ ਸਾਈਡਾਂ ਤੋਂ ਨਾ ਜੀ, ਦੋਹਰੋ ਫੇਰ ਦੱਸ ਦੇਣਾ। ਸੋ ਗੱਡੀ ਤੁਸੀਂ ਦੇਖ ਲੈਣਾ ਜੀ, ਮੋਬਾਈਲ ਨੰਬਰ ਨੋਟ ਕਰੋ ਜੀ ਇਹਨਾਂ ਦਾ, ਟਵੈਰਾ ਵਾਲਿਆਂ ਦਾ, 97 796 ਜੀ 11 484 ਜੀ, 97 796 ਜੀ 11 484। ਸੋ ਇਸ ਤੋਂ ਬਾਅਦ ਆਪਾਂ ਚੱਲਦੇ ਨੈਕਸਟ ਗੱਡੀ ਵੱਲ। ਇਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਆਲਟੋ ਗੱਡੀ ਜੀ, 2010 ਮਾਡਲ ਆਈ, LXi ਫਸਟ ਓਨਰ ਆ ਜੀ, ਇਹ ਅੜੀ ਰੁੜਕੀ ਕਸਬਾ ਏਰੀਆ ਹੈਗਾ, ਉੱਥੇ ਗੱਡੀ ਖੜ੍ਹੀ ਹੈ, ਗੱਡੀ ਦੀ ਕੰਡੀਸ਼ਨ ਦੇਖ ਲਓ, ਲਾਇਆ ਗੱਡੀ ਦੇ ਪਏ ਨੇ ਟਾਇਰ ਮੀਡੀਅਮ ਜਿਹੇ ਨੇ ਇਹਦੇ, ਹੈ ਨਾ। ਅੰਦਰਲੀ ਲੁੱਕ ਠੀਕ ਹੈ ਵਾਲੀ ਇਹਦੀ, ਮਤਲਬ ਸੀਟਸ ਕਵਰ, ਡੈਸ਼ਬੋਰਡ, ਬਾਕੀ ਸਾਰਾ ਕੁਛ ਓਕੇ ਹੈ ਗੱਡੀ ਦਾ ਦੇਖਣ ਦੇ ਵਿੱਚ, ਹੈ ਨਾ। ਸੋ ਅਲਟੋ ਦਾ 2010 ਮਾਡਲ ਸੀ, LXi, 1,35,000 ਰੁਪਏ ਡਿਮਾਂਡ ਆਈ, ਫਸਟ ਓਨਰ ਸੀਗੀ, ਰੁੜਕੀ ਕਸਬਾ ਗੱਡੀ ਖੜ੍ਹੀ ਹੈ। ਮੋਬਾਈਲ ਨੰਬਰ ਨੋਟ ਕਰੋ ਜੀ, 98 152 ਜੀ 60 444। ਹਾਂਜੀ ਦੋਸਤੋ, ਗੱਡੀਆਂ ਕਿਵੇਂ ਲੱਗੀਆਂ ਯਾਰ, ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਯਾਰ, ਤੁਹਾਨੂੰ ਮਤਲਬ ਕਿੰਨੇ ਕੁ ਬਜਟ ਆ ਤੁਹਾਨੂੰ, ਕਿਹੜੀਆਂ ਗੱਡੀਆਂ ਮਤਲਬ ਕਰਦਿਆ ਕਰੋ ਨਾ ਜੀ, ਕਿਸੇ ਬਾਈ ਦੀ ਸਪੈਸੀਫਿਕ ਡਿਮਾਂਡ ਹੁੰਦੀ ਆ, ਬਾਈ ਯਾਰ ਅੱਜ ਮੈਨੂੰ ਆਹ ਗੱਡੀ ਦਿਖਾ ਦੇ, ਮੈਂ ਵੀਰੇ ਲੈਣ ਲਾ ਦਾਂਗੇ ਆਪਾਂ, ਟੈਂਸ਼ਨ ਲੈ ਕਰੋ, ਪਰਸਨਲ ਗੱਡੀਆਂ ਦੀ, ਠੀਕ ਹੈ। ਆਪਣਾ ਇਨਬੋਕਸ ਵਟਸਐਪ ਦਾ ਭਰਿਆ ਪਿਆ ਹੁੰਦਾ ਪਰਸਨਲ ਗੱਡੀਆਂ ਦੀ ਐਡ ਵਾਸਤੇ, ਸੋ ਤੁਸੀਂ ਵੀ ਆਪਣੀ ਪਰਸਨਲ ਗੱਡੀ ਸੇਲ ਕਰਨੀ ਆ ਵਧੀਆ ਰੇਟ ਦੇ ਉੱਪਰ। ਸੋ ਮੇਰਾ ਵਟਸਐਪ ਦਾ ਨੰਬਰ ਹੈ 7351 10 340, ਸਕਰੀਨ 'ਤੇ ਚੱਲ ਰਿਹਾ ਹੋਊਗਾ, ਤੁਸੀਂ ਮੈਨੂੰ ਆਪਣੀ ਗੱਡੀਆਂ ਦੀਆਂ 7-8 ਫੋਟੋਆਂ ਸੈਂਡ ਕਰਦੇ ਕਰੋ, ਵਿਦ ਡਿਟੇਲ, ਸਾਰੀ ਡਿਟੇਲ ਕਰਦੇ ਕਰੋ, ਮਾਡਲ ਕਿੰਨਾ, ਡੀਜ਼ਲ ਹੈ ਜਾਂ ਪੈਟਰੋਲ ਆ, ਹੈ ਨਾ। ਸੋ ਕਿੰਨੀ ਕਿਲੋਮੀਟਰ ਚੱਲੀ ਹੋਈ ਹੈ, ਤੁਹਾਡੀ ਡਿਮਾਂਡ ਕੀ ਹੈ, ਕਿਹੜੇ ਸ਼ਹਿਰ ਦੇ ਵਿੱਚ ਹੈਗੀ, ਠੀਕ ਹੈ ਜੀ, ਕਿੰਨੀ ਓਨਰ ਹੈ ਜੀ, ਇਹ ਵੀ ਸਭ ਕੁਝ ਗੱਲਾਂ ਦੱਸ ਕੇ, ਸੋ ਆਪਣਾ ਕੰਟੈਕਟ ਨੰਬਰ ਫੋਰਵਰਡ ਕਰਦੇ ਕਰੋ ਜੀ। ਸੋ ਥੈਂਕ ਯੂ ਸੋ ਮੱਚ ਯਾਰ, ਵੀਡੀਓ ਕਿਵੇਂ ਲੱਗੀ ਦੱਸ ਦਿਓ, ਹੈ ਨਾ। ਜੇ ਤੁਸੀਂ ਆਪਣੇ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ, ਤਾਂ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਆਉਂਦੀਆਂ, ਅਪਡੇਟ ਮਿਲਦੀ ਹੈ। ਇਹੀ ਤੁਹਾਡੇ ਫੋਨ ਦੀ ਹੋਮ ਸਕਰੀਨ, ਜੇ ਤੁਸੀਂ ਤੁਹਾਨੂੰ ਸਬਸਕ੍ਰਾਈਬ ਕਿੱਦਾਂ ਕਰਨਾ ਆਪਣਾ ਚੈਨਲ, ਨਾ ਕਈਆਂ ਨੂੰ ਮਤਲਬ ਪਤਾ ਨਹੀਂ ਹੁੰਦਾ ਨਾ ਬਾਈਆਂ ਨੂੰ, ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਨੀਚੇ ਨਾ ਤੁਸੀਂ ਧਿਆਨ ਨਾਲ ਦੇਖੋਗੇ PB13 ਪ੍ਰੋਡਕਸ਼ਨ ਦਾ ਲੋਗੋ, ਅਤੇ ਸੱਜੇ ਪਾਸੇ ਨਾ ਸਬਸਕ੍ਰਾਈਬ ਬਟਨ ਲਿਖਿਆ ਹੈ ਲਾਲ ਅੱਖਰਾਂ ਦੇ ਵਿੱਚ, ਹੈ ਨਾ, ਜੋ ਤੁਹਾਨੂੰ ਲਾਲ ਜਿਹਾ ਅੱਖਰ ਚਮਕ ਰਿਹਾ ਹੋਊਗਾ ਦੋਸਤੋ। ਜੇ ਤਾਂ ਤੁਹਾਨੂੰ ਲਾਲ ਚਮਕ ਰਿਹਾ ਹੈਗਾ ਨਾ, ਤਾਂ ਮਤਲਬ ਤੁਸੀਂ ਹਾਲੇ ਤੱਕ ਉਹਦੇ ਉੱਪਰ ਕਲਿੱਕ ਨਹੀਂ ਕੀਤਾ, ਕਈਆਂ ਬੰਦਿਆਂ ਨੇ ਕਰ ਰੱਖਿਆ ਹੋਊਗਾ, ਉਹ ਲਾਲ ਨਹੀਂ ਚਮਕੂਗਾ। ਜੇ ਤੁਹਾਡੇ ਕੋਲ ਲਾਲ ਦੇ ਵਿੱਚ ਚਮਕ ਰਿਹਾ ਹੈ, ਤਾਂ ਉਹ 'ਤੇ ਇੱਕ ਵਾਰੀ ਕਲਿੱਕ ਜ਼ਰੂਰ ਕਰ ਦਿਓ ਜੀ, ਤਾਂ ਤੁਸੀਂ ਆਪਣੇ ਚੈਨਲ ਦੇ ਨਾਲ ਜੁੜ ਸਕਦੇ ਹੋ, ਜੋ ਵੀ ਮੈਂ ਨਵੀਂ ਵੀਡੀਓ ਪਾਊਂਗਾ ਤੁਹਾਨੂੰ ਸਭ ਤੋਂ ਪਹਿਲਾਂ ਉਹ ਦੇਖਣ ਨੂੰ ਮਿਲਣਗੀਆਂ, ਹੈ ਨਾ। ਸੋ ਬਸ ਇੱਦਾਂ ਹੀ ਹੈ ਨਾ ਸਬਸਕ੍ਰਾਈਬ ਕਰਨ ਦਾ ਤਰੀਕਾ, ਜੇ ਉਹ ਲਾਲ ਚਮਕ ਰਿਹਾ ਤਾਂ ਪਲੀਜ਼ ਉਹ 'ਤੇ ਇੱਕ ਵਾਰੀ ਕਲਿੱਕ ਕਰੋ, ਤੁਹਾਨੂੰ 1 ਸੈਕਿੰਡ ਲੱਗਣਾ, ਕਰ ਦਿਓ ਜੀ ਕਲਿੱਕ।